ਜੋੜਾ ਨਸੀਬ ਨਾਲ ਲੱਗਦਾ ਹੈ। ਐਵੇਂ ਗੱਲਾਂ ਨੇ ਸਾਰੀਆਂ ਕਿ ਮੈਂ ਬੜਾ ਕਾਰੀਗਰ ਹਾਂ ਜੀ, ਮੈਂ ਜੋੜੇ ਲਾਉਣ ਦਾ ਕਾਰੀਗਰ ਹਾਂ, ਮੈਂ ਫਲਾਣਾ, ਇਹ ਸਭ ਗੱਲਾਂ ਨੇ। ਮੈਂ ਜੋ ਕਾਰੀਗਰ ਹਾਂ, ਮੈਂ ਕਿ ਸੌ ਕਬੂਤਰ ਰੱਖਿਆ, ਮੈਂ ਤਾਂ ਫਿਰ ਦੋ ਜੋੜੇ ਦੱਬੀ ਜੋੜੇ ਆਵਾਂ ਦੇ ਜੋੜੇ ਲਾ ਕੇ ਬੱਚੇ ਸ਼ਾਮ ਬਾਹਰ ਬਾਅਦ ਬਾਤ ਕਰ ਦਿੱਤਾ ਬਸ। ਉਹ ਭਾਈ ਜਾਨ ਅਸੀਂ 100 ਰੱਖ ਕੇ ਉਹਨਾਂ 'ਚ 10 ਕੱਢਨੇ ਹਾਂ ਕਿ ਯਾਰ 5 ਜੋੜੇ ਪਾਸ ਹੋ ਗਏ, ਇਹਨਾਂ ਨੂੰ ਆਪਸ 'ਚ ਲਾ ਲੂ ਕੇ ਬਣਾ ਲੈਂਦੇ ਹਾਂ। ਠੀਕ ਹੈ, ਇਕਾਵਸ਼ ਹੀ। ਫਿਰ ਇੱਕ ਟਾਈਮ ਐਸਾ ਹੁੰਦਾ ਕਿ ਅੱਲਾ ਪਾ ਕਹਿੰਦਾ ਜਿਸ ਟਾਈਮ ਤੁਸੀਂ ਕਿਸੇ ਕੰਮ ਦੇ ਉੱਤੇ ਲੱਗੇ ਰਹੋਗੇ ਲੱਗੇ ਰਹੋਗੇ ਲੱਗੇ ਰਹੋਗੇ, ਉਹ ਫਿਰ ਅੱਲਾ ਬੂਰਾ ਸਤਿਕਾਰ ਹੀ ਦਿੰਦਾ। ਬੰਦੇ ਦੀ ਸਮਝ 'ਚ ਆ ਜਾਂਦੀ ਹੈ, ਲੇਕਿਨ ਦਾਅਵੇਦਾਰ ਨਹੀਂ ਹੋ ਸਕਦਾ। ਦੇਖੋ ਅੰਦਰ ਦੇ ਖਾਨੇ ਦਾ ਸਾਨੂੰ ਕੀ ਪਤਾ ਅੰਦਰ ਦੀ ਮਸ਼ੀਨ ਜਾਂ ਕੀ ਹੈ। ਹੁਣ ਲੋਕੀ ਕਹਿੰਦੇ ਬਲੱਡ ਮੈਚ, ਅਸੀਂ ਕਿਹੜੀਆਂ ਮਸ਼ੀਨਾਂ ਰੱਖੀਆਂ ਜਿੱਥੇ ਬਲੱਡ ਮੈਚ ਕਰਾਉਂਦੇ ਹਾਂ। ਸਿਰਫ ਹੁੰਦਾ ਪਤਾ ਕੀ ਹੈ ਕਿ ਅਸੀਂ ਜੋੜੇ ਲਾਉਂਦੇ ਹਾਂ ਆਪਣੇ ਪੁਆਇੰਟ, ਖੈਰ ਅੱਲਾ ਪਾ ਦਿੰਦਾ ਅਤੇ ਕਾਮਯਾਬ ਹੋ ਜਾਂਦਾ। ਹੁਣ ਮੈਂ ਤੈਨੂੰ ਇੱਕ ਮਾਨੀ ਖੁਦਾਈ ਗੱਲ ਦੱਸਦਾ ਵਾਂ ਲੁਧਿਆਣੇ ਦੀ। ਮੀਆਂ ਨਜ਼ੀਰ ਸਾਹਿਬ ਦਾ ਕਬੂਤਰ ਬੱਚਿਆਂ ਦੇ ਹੱਥ ਆ ਗਿਆ, ਇਨਸਾਨ ਡੈਡੀ। ਉਹ ਮੈਨੂੰ ਉਹਨਾਂ ਨੇ ਵਹਾਏ ਕਬੂਤਰ, ਮੈਂ ਕਬੂਤਰ ਫੜਿਆ, ਮੈਂ ਕਿਹਾ ਯਾਰ ਬੜਾ ਇੰਤਜ਼ਾਮ ਕਰੇ ਅਤੇ ਕਿਸੇ ਬੰਦੇ ਕੋਲ ਅਸੀਂ ਤਾਂ ਅਸੀਂ ਮੁੱਲ ਖਰੀਦ ਲਿਆ। ਮੈਂ ਉਹਦੇ ਛੱਤ 'ਤੇ ਬੈਠਿਆ ਕਿ ਡਾਬਾ ਦੀ ਮਾਦੀ ਆਈ, ਕਹਿੰਦਾ ਜੀ ਸਾਡੀ 4-4 ਵਜੇ ਤੱਕ ਉੱਡੀ ਹੈ ਪਰ ਹੁਣ ਨਹੀਂ ਉੱਡਦੀ ਪਈ, ਫਰ ਗਈ, 2-2.5 ਘੰਟੇ ਮਾਰਦੀ। ਉਹ ਮੈਂ ਜੋ ਆਪਣੇ ਅੰਦਾਜ਼ੇ ਦੇ ਮੁਤਾਬਕ ਨਾ ਮੈਂ ਪਾਤਸ਼ਾਹ ਵੇਖੇ, ਮੈਂ ਕਿਹਾ ਜੀ ਇਹ ਜੋੜਾ ਲਾ ਦਿਓ ਤੁਹਾਡੇ ਵਾਸਤੇ ਇੱਕੋ ਹੀ ਬੜਾ। ਉਹ ਅੱਲਾ ਦੀ ਮਿਹਰਬਾਨੀ ਹੋਈ ਕਿ ਮੇਰੀ ਜ਼ੁਬਾਨ 'ਚ ਅੱਲਾ ਨੇ ਵਜ਼ਨ ਪਾ ਦਿੱਤਾ। ਉਹ ਜੋੜਾ ਲੱਗਾ ਭਾਅ ਜੀ ਬੱਚੇ 6-6 ਵਜੇ ਮਹਿਣ ਲੱਗ ਪਏ। ਉਹ ਕਹਿੰਦੇ ਉਸਤਾਦ ਤਾਰਕ ਤਾਂ ਬਹੁਤ ਵੱਡਾ ਕਾਰੀਗਰ, ਵੇਖ ਲਓ ਇੱਕ ਜੋੜਾ ਹੀ ਲਾ ਕੇ।